ਬਹੁਤ ਦੁਖਦ ਹੈ ਜੀ, ਜਿਸ ਤਰ੍ਹਾਂ ਦੀ ਘਟਨਾ ਸਰੇਆਮ ਜੀ, ਇਹ ਤੇ ਸਰਕਾਰ ਤੇ ਪ੍ਰਸ਼ੰਸ਼ਨ ਹੈ। ਇੱਕ ਨਾਗਰਿਕ ਸਰੇਆਮ ਤਲਵਾਰਾਂ ਮਾਰੀਆਂ ਜਾਂਦੀਆਂ ਜੀ, ਜਲੰਧਰੋਂ ਚੰਡੀਗੜ੍ਹ ਜਾਂਦਿਆਂ ਲੁਧਿਆਣੇ ਹੋ ਕੇ ਜਾ ਸਕਦੇ ਸੀ, ਇਹਦਾ ਹਾਲ ਚਾਲ ਪੁੱਛ ਸਕਦੇ ਸੀ, ਸਮਾਜ 'ਚ ਇੱਕ ਗੱਲ ਜਾਂਦੀ ਕਿ ਵੀ ਉਹਨੂੰ ਕੁਝ ਸੁਣਨ ਵਾਲਾ ਸੀ। ਲੇਕਿਨ ਮੈਂ ਹੈਰਾਨ ਹਾਂ ਕਿ ਮੁੱਖ ਮੰਤਰੀ ਸਾਹਿਬ ਕੋਲ ਟਾਈਮ ਨਹੀਂ, ਪੰਜਾਬ ਨੂੰ ਸਤਰਕ ਰਹਿਣਾ ਹੋਏਗਾ, ਸਜਗ ਰਹਿਣਾ ਹੋਏਗਾ, ਔਰ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਬਚਾਉਣ ਵਾਸਤੇ ਕੰਮ ਕਰਨਾ ਹੋਏਗਾ। ਮੁੱਖ ਮੰਤਰੀ ਸਾਹਿਬ ਪੋਲੀਟੀਕਲ ਟੂਰਿਜ਼ਮ 'ਚ ਮਸਤ ਨੇ ਔਰ ਮੇਰਾ ਪੰਜਾਬ ਤ੍ਰਸਤ। ਲੁਧਿਆਣਾ ਲਾਈਵ ਨਾਲ ਜੁੜ ਚੁੱਕੇ ਹੋ ਤੁਸੀਂ ਅਤੇ ਮੈਂ ਹਾਂ ਯੂਮ ਬਰੀ, ਲੁਧਿਆਣਾ ਦੇ DNC ਵਿੱਚ ਮੌਜੂਦ ਹਾਂ, ਜਿੱਥੇ ਕਿ ਸੰਦੀਪ ਕੁਛ ਦਿਨ ਪਹਿਲਾਂ ਸੰਦੀਪ ਥਾਪਰ 'ਤੇ ਜਿਹੜਾ ਕੀ ਹੈ ਹਮਲਾ ਕੀਤਾ ਗਿਆ ਸੀ ਕੁਛ ਨਿਹੰਗਾਂ ਦੇ ਵੱਲੋਂ, ਅਤੇ ਅੱਜ ਤਰੁਣ ਚੁੰਗ BJP ਦੇ ਨੈਸ਼ਨਲ ਸੈਕਟਰੀ ਇੱਥੇ ਮੌਜੂਦ ਨੇ, ਉਹਨਾਂ ਨੂੰ ਮਿਲਣ ਆਏ ਨੇ, ਉਹਨਾਂ ਦਾ ਹਾਲ ਚਾਲ ਪੁੱਛਣ ਆਏ ਨੇ। ਕਾਫਲਾ ਤੁਸੀਂ ਦੇਖ ਸਕਦੇ ਹੋ, ਤਰੁਣ ਚੁੰਗ ਦਾ ਜਿਹੜਾ ਕਿ ਇੱਥੇ ਕਾਫਲਾ ਮੌਜੂਦ ਪਹੁੰਚ ਚੁੱਕਾ ਹੈ ਅਤੇ ਅੰਦਰੋਂ ਮਿਲ ਕੇ ਆ ਚੁੱਕੇ ਨੇ ਕਿ ਅਤੇ ਹੁਣ ਗੱਲਬਾਤ ਕਰਾਂਗੇ ਕਿ ਕੀ ਗੱਲਬਾਤ ਹੋਈ ਉਹਨਾਂ ਦੇ ਨਾਲ ਅੰਦਰ ਸੰਦੀਪ ਥਾਪਰ ਦੇ ਨਾਲ, ਕਿਵੇਂ ਦੀ ਉਹਨੇ ਕੰਡੀਸ਼ਨ ਹੈ, ਸੋ ਗੱਲਬਾਤ ਕਰ ਰਹੇ ਸਰ, ਸਰ ਕੀ ਗੱਲਬਾਤ ਹੋਈ ਤੁਹਾਡੀ ਸੰਦੀਪ ਥਾਪਰ ਦੀ ਨਾਲ? ਐਸਾ ਹੈ ਕਿ ਬਹੁਤ ਦੁਖਦ ਹੈ ਜੀ, ਜਿਸ ਤਰ੍ਹਾਂ ਦੀ ਘਟਨਾ ਸਰੇਆਮ ਜੀ, ਇਹ ਤੇ ਸਰਕਾਰ ਤੇ ਪ੍ਰਸ਼ੰਸ਼ਨ ਜੀ, ਇੱਕ ਨਾਗਰਿਕ ਸਰੇਆਮ ਤਲਵਾਰਾਂ ਮਾਰੀਆਂ ਜਾਂਦੀਆਂ ਜੀ, ਪ੍ਰਸ਼ਾਸਨ ਚੁੱਪ ਹੈ ਜੀ, ਮੁੱਖ ਮੰਤਰੀ ਸਾਹਿਬ ਕੋਲ ਟਾਈਮ ਨਹੀਂ, ਜਲੰਧਰੋਂ ਚੰਡੀਗੜ੍ਹ ਜਾਂਦਿਆਂ ਲੁਧਿਆਣੇ ਹੋ ਕੇ ਜਾ ਸਕਦੇ ਸੀ, ਇਹਦਾ ਹਾਲ ਚਾਲ ਪੁੱਛ ਸਕਦੇ ਸੀ, ਸਮਾਜ 'ਚ ਇੱਕ ਗੱਲ ਜਾਂਦੀ ਕਿ ਵੀ ਉਹਨੂੰ ਕੁਝ ਸੁਣਨ ਵਾਲਾ ਸੀ। ਲੇਕਿਨ ਮੈਂ ਹੈਰਾਨ ਹਾਂ ਕਿ ਮੁੱਖ ਮੰਤਰੀ ਸਾਹਿਬ ਕੋਲ ਟਾਈਮ ਨਹੀਂ, ਔਰ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਲਗਾਤਾਰ ਕਮਜ਼ੋਰ ਹੋ ਰਿਹਾ, ਸ਼ੂਨੇ 'ਤੇ ਪਹੁੰਚ ਚੁੱਕਾ, ਔਰ ਪੰਜਾਬ ਦੇ ਅੰਦਰ ਰੰਗਦਾਰੀ, ਅਪਹਰਣ, ਗੈਂਗਿਜ਼ਮ, ਟਾਰਗੇਟ ਕਿਲਿੰਗਸ, ਇਹ ਆਮ ਆਦਮੀ ਪਾਰਟੀ ਦਾ ਉਪਹਾਰ ਹੈ। ਪੰਜਾਬ ਨੂੰ ਮਿਲਿਆ ਕੁਛ ਨਹੀਂ ਸਰਕਾਰ ਬਣਨ ਤੋਂ ਬਾਅਦ, ਇੱਕ ਵਾਅਦਾ ਨਹੀਂ ਪੂਰਾ ਹੋਇਆ, ਲੇਕਿਨ ਮੇਰੇ ਪੰਜਾਬ ਨੂੰ ਨਜ਼ਰ ਲਾ। ਸਰ ਪੰਜਾਬ ਲਗਾਤਾਰ ਵਿਵਾਦਾਂ ਵਿੱਚ ਘਿਰ ਰਿਹਾ ਵਾ, ਅਕਸਰ ਹੀ ਜਿਹੜਾ ਕੀ ਹੈ ਗੈਂਗਵਾਰਾਂ ਹੁੰਦੀਆਂ ਜਾ ਰਹੀਆਂ, ਨਸ਼ੇ ਵਗੈਰਾ ਬਹੁਤ ਦੁਖਦ ਹੈ। ਹੁਣ ਤਾਂ ਇਹਨਾਂ ਦੀ ਬਣਾਈ ਸਿਟੀ ਕਹਿ ਰਹੀ ਹੈ ਕਿ ਜੇਲ੍ਹਾਂ ਨੂੰ ਸਟੂਡੀਓ ਬਣਾ ਤਾ, ਇਹ ਕੱਲ੍ਹ ਤੱਕ ਕਹਿੰਦੇ ਸੀ ਕਿ ਸਟੂਡੀਓ ਨਹੀਂ ਬਣੀ ਹੈ, ਇਹਨਾਂ ਨੇ ਆਪਣੀ ਸੀਟ ਬਣਾਈ, ਉਹਨਾਂ ਨੇ ਕਿਹਾ ਇਹ ਇੰਟਰਵਿਊ ਜੇਲ੍ਹ 'ਚ ਹੋਈ। ਆਉਣ ਵਾਲੇ ਸਮੇਂ 'ਤੇ ਪੰਜਾਬ ਕਿਸ ਤਰ੍ਹਾਂ ਦੇਖਿਆ ਜਾਏਗਾ, ਤੁਸੀਂ ਕਿਸ ਤਰ੍ਹਾਂ ਦੇਖਦੇ? ਪੰਜਾਬ ਨੂੰ ਸਤਰਕ ਰਹਿਣਾ ਹੋਏਗਾ, ਸਜਗ ਰਹਿਣਾ ਹੋਏਗਾ, ਔਰ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਬਚਾਉਣ ਵਾਸਤੇ ਕੰਮ ਕਰਨਾ ਹੋਏਗਾ। ਮੁੱਖ ਮੰਤਰੀ ਸਾਹਿਬ ਪੋਲੀਟੀਕਲ ਟੂਰਿਜ਼ਮ 'ਚ ਮਸਤ ਨੇ ਔਰ ਮੇਰਾ ਪੰਜਾਬ ਤ੍ਰਸਤ। ਬੜੀ ਅਹਿਮ ਗੱਲਬਾਤ ਹੋਈ ਹੈ ਕਿ ਉਹਨਾਂ ਨੇ ਕਿਹਾ ਕਿ ਮੇਰੇ ਪੰਜਾਬ ਨੂੰ ਜਿਹੜਾ ਕਿ ਨਜ਼ਰ ਨਾ ਲੱਗੇ, ਅਤੇ ਲਗਾਤਾਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਚਰਨ ਚੁੰਗ BJP ਨੈਸ਼ਨਲ ਸੈਕਟਰੀ ਦੇ ਜਿਹੜੇ ਕਿ ਇੱਥੇ, ਅੱਜ ਬੜੀ ਵੱਡੀ ਖਬਰ ਹੈ ਕਿ ਇੱਥੇ ਜਿਹੜੇ ਕਿ ਅੱਜ ਮਿਲਣ ਆਏ ਸੰਦੀਪ ਗੋਰਾ, ਸੰਦੀਪ ਥਾਪਰ ਨੂੰ ਜਿਹੜਾ ਕਿ ਇੱਥੇ ਮਿਲਣ ਆਏ, ਅਤੇ ਉਹਨਾਂ ਨੇ ਗੱਲਬਾਤ ਕੀਤੀ ਪੱਤਰਕਾਰਾਂ ਦੇ ਨਾਲ, ਅਤੇ ਅਹਿਮ ਕਿਹਾ ਕਿ ਪੰਜਾਬ ਨੂੰ ਜਿਹੜਾ ਕੀ ਹੈ ਮੁੱਖ ਮੰਤਰੀ ਜਿਹੜਾ ਨਿਸ਼ਾਨਾ ਸਾਧਿਆ, ਭਗਵੰਤ ਮਾਨ ਨੂੰ ਕਿਹਾ ਕਿ ਚੰਡੀਗੜ੍ਹੋਂ ਜੇ ਕੇ ਲੁਧਿਆਣਾ ਵੀ ਵਿੱਚ ਆਉਂਦਾ ਵੈ, ਅਤੇ ਜਿਹੜਾ ਕਿ ਮਿਲ ਨਹੀਂ ਸਕੇ, ਕਿਉਂ ਨਹੀਂ ਮਿਲ ਸਕੇ, ਬੜਾ ਹੀ ਵੱਡਾ ਸਵਾਲ ਇੱਥੇ ਖੜ੍ਹਾ ਹੁੰਦਾ ਵੈ। ਜੁੜੇ ਹੋਏ ਲੁਧਿਆਣਾ ਲੈਵ ਦੇ ਨਾਲ ਧਰਮਪਾਲ ਦੇ ਨਾਲ ਯੂਮ ਰਿਪੋਰਟ, ਧੰਨਵਾਦ।